ਸਸੀਕਲ ਜੀ ਕਿਵੇਂ ਹੋ ਸਾਰੇ ਹੋਪ ਕਰਦੇ ਆ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਅੱਜ ਨਵੇਂ ਦਿਨ ਦੀ ਸ਼ੁਰੂਆਤ ਨਵੀਂ ਡੈਸਟੀਨੇਸ਼ਨ ਦੇ ਨਾਲ ਤੇ ਅੱਜ ਅਸੀਂ ਪਹੁੰਚ ਚੁੱਕੇ ਹਾਂ ਜੀ ਹੈਵਨ ਫੂਡ ਪੁਆਇੰਟ ਤੇ ਜੋ ਕਿ ਬੇਸਿਕਲੀ ਡਲੋਜ਼ੀ ਰੋਡ ਪਿਆਰੇ ਲਾਲ ਦੇ ਪੈਟਰੋਲ ਪੰਪ ਦੇ ਬਿਲਕੁਲ ਆਪੋਜ਼ਿਟ ਸਾਈਡ ਤੋਂ ਲੱਗੇ ਛੋਟੀ ਜੀ ਮੈਂ ਕਹਿੰਦਾ ਬਿਲਕੁਲ ਛੋਟੀ ਜੀ ਦੁਕਾਨ ਹੈ ਲੇਕਿਨ ਔਰ ਭਾਜੀ ਇੰਨਾ ਟੇਸਟੀ ਫੂਡ ਸਰਵ ਕਰਦੇ ਹੈ ਨਾ ਮੈਂ ਕਹਿੰਦਾ ਜੀ ਇਹਨਾਂ ਕੋਲ ਮੋਮੋਜ਼ ਵੀ ਬੜੇ ਵਧੀਆ ਵਧੀਆ ਤਰੀਕੇ ਦੇ ਹੈ ਤਿੰਨ ਚਾਰ ਤਰ੍ਹਾਂ ਦੇ ਮੋਮੋ ਹੈ ਲੇਕਿਨ ਇੰਨੇ ਅਲਟੀਮੇਟ ਟੇਸਟ ਹੈ ਨਾ ਮੈਂ ਤੇ ਭਾਈ ਦੇ ਪਹਿਲੇ ਆਲਰੇਡੀ ਪਰ ਜਿਲੇ ਮਾੜਾ ਮੋਮੋ ਖਾਣਾ ਇੱਥੇ ਹੀ ਆ ਸਾਡਾ ਸਾਡਾ ਪਰਸਨਲ ਫੇਵਰੇਟ ਜਿਹੜਾ ਮੋਮੋਸ ਦਾ ਪੁਆਇੰਟ ਹੈ ਨਾ ਇੱਕ ਇਹ ਹੈ ਇੱਕ ਜਿਹੜਾ ਤੁਹਾਨੂੰ ਪਹਿਲੇ ਚਸਕਾ ਫੂਡ ਕਾਰਨਰ ਦਿਖਾਇਆ ਸੀਗਾ ਉਹ ਹੈ ਅਸੀਂ ਪਰਸਨਲੀ ਇੱਥੇ ਹੀ ਜਾਂਦੇ ਹਾਂ ਮਸਾਲਾ ਮੋਮੋਸ ਵਗੈਰਾ ਅਸੀਂ ਖਾਣੇ ਹੁੰਦੇ ਤੇ ਅਸੀਂ ਇੱਥੇ ਹੀ ਜਾਂਦੇ ਹਾਂ ਤੇ ਭਾਈ ਨੇ ਮੈਂ ਸੁਣਿਆ ਸੂਪ ਵੀ ਰਿਕਵਰੀ ਹਾਂ ਭਾਜੀ ਨੇ ਮਾਂਚੋ ਸੂਪ ਸਟਾਰਟ ਕੀਤਾ ਭਾਜੀ ਕਾਫੀ ਟੇਸਟੀ ਹੈ ਮੈਂ ਪੀਤਾ ਸੀਗਾ ਦੋ ਤਿੰਨ ਦਿਨ ਪਹਿਲੇ ਚਲੋ ਆਓ ਚੈੱਕ ਕਰਦੇ ਨਾਲੇ ਭਾਈ ਤਿੰਨ ਚਾਰ ਆਈਟਮਾਂ ਨਾਲੇ ਕਰਨੇ ਆ ਭਾਈ ਨਾਲੇ ਗੱਲਬਾਤ ਤੇ ਮਿਲਦੇ ਆ ਤੁਹਾਨੂੰ ਫਿਰ ਫੂਡ ਦੀ ਟੇਸਟੀ ਵਿੱਚ ਸੋ ਅਸੀਂ ਪਹੁੰਚ ਚੁੱਕੇ ਹਾਂ ਜੀ ਹੈਵਨ ਫੂਡ ਪੁਆਇੰਟ 'ਤੇ ਇਹ ਤੁਸੀਂ ਜੋ ਸਾਹਮਣੇ ਦੇਖ ਰਹੇ ਹੋ ਇਹ ਹੈ ਜੀ ਪਠਾਨਕੋਟ ਦਾ ਪਿਆਰੇ ਲਾਲ ਦਾ ਪੈਟਰੋਲ ਪੰਪ ਔਰ ਇਹ ਬਿਲਕੁਲ ਸਾਹਮਣੇ ਕੈਨਰਾ ਬੈਂਕ ਔਰ ਕੈਨਰਾ ਬੈਂਕ ਔਰ ਪਿਆਰੇ ਲਾਲ ਦੇ ਪੈਟਰੋਲ ਪੰਪ ਦੇ ਬਿਲਕੁਲ ਓਪੋਜ਼ਿਟ ਜੇ ਤੁਸੀਂ ਦੇਖੋਗੇ ਇਹ ਸ਼ੌਪ ਹੈ ਜੀ ਹੈਵਨ ਫੂਡ ਪੁਆਇੰਟ ਤੁਹਾਨੂੰ ਬਾਹਰ ਹੀ ਦਿਖਾਈ ਦੇ ਜਾਏਗੀ ਹੈਵਨ ਫੂਡ ਪੁਆਇੰਟ ਬੜੇ ਹੀ ਅੱਛੇ ਔਰ ਡਿਲੀਸ਼ੀਅਸ ਫੂਡ ਆਈਟਮ ਸਰਵ ਕਰਦੇ ਹੈ ਦੇਖੋ ਸਿਰਫ ਖੜ੍ਹੇ ਹੋ ਕੇ ਖਾਣ ਦੀ ਜਗ੍ਹਾ ਨਹੀਂ ਹੈ ਇੱਥੇ ਤਕਰੀਬਨ ਕੋਈ 8 ਤੋਂ 10 ਬੰਦੇ ਦੀ ਸਿਟਿੰਗ ਸਪੇਸ ਵੀ ਅਵੇਲੇਬਲ ਹੈ ਬਾਹਰ ਖੜ੍ਹੇ ਹੋ ਕੇ ਖਾਣ ਦੀ ਜਗ੍ਹਾ ਵੀ ਹੈ ਮਤਲਬ ਕਿ ਤੁਸੀਂ ਖੜ੍ਹੇ ਹੋ ਕੇ ਵੀ ਖਾ ਸਕਦੇ ਹੋ ਔਰ ਬੈਠ ਕੇ ਵੀ ਇੱਥੇ ਆ ਕੇ ਆਰਾਮ ਨਾਲ ਫੂਡ ਇੰਜੋਏ ਕਰ ਸਕਦੇ ਹੋ ਅਸੀਂ ਪਹੁੰਚ ਚੁੱਕੇ ਹਾਂ ਜੀ ਹੈਵਨ ਫੂਡ ਪੁਆਇੰਟ ਦੇ ਓਨਰ ਕੋਲ ਸਤਿ ਸ਼੍ਰੀ ਅਕਾਲ ਭਾਜੀ ਸਭ ਤੋਂ ਪਹਿਲੇ ਤੁਹਾਡਾ ਨਾਮ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਨੀ ਹੈ ਜੀ ਸਨੀ ਮਹਿਰਾ ਠੀਕ ਹੈ ਜੀ ਭਾਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਹੈਵਨ ਫੂਡ ਪੁਆਇੰਟ ਓਪਨ ਕੀਤੇ ਦਿਨ ਸਰ ਮੈਨੂੰ 10 ਤੋਂ 12 ਸਾਲ ਹੋ ਗਏ ਆ ਕੰਮ ਕਰਦੇ ਇਹ ਕੰਮ ਕਰਦੇ ਤੇ ਹੈਵਨ ਫੂਡ ਪੁਆਇੰਟ ਨੂੰ ਕਿੰਨਾ ਟਾਈਮ ਹੋ ਗਿਆ ਹੈਵਨ ਫੂਡ ਪੁਆਇੰਟ ਨੂੰ ਵੀ ਮਤਲਬ 10 ਤੋਂ 12 ਸਾਲ ਹੀ ਹੋਏ ਓਕੇ 10 ਤੋਂ 12 ਸਾਲ ਹੋ ਗਏ ਅੱਛਾ ਭਾਜੀ ਤੁਹਾਡੀ ਓਪਨਿੰਗ ਔਰ ਕਲੋਜ਼ਿੰਗ ਟਾਈਮਸ ਕੀ ਹੈ ਸਰ ਸਾਡੀ ਓਪਨਿੰਗ ਟਾਈਮ ਹੈ ਸਵੇਰੇ 11 ਵਜੇ ਤੋਂ ਰਾਤੀ 10:30 ਵਜੇ ਤੱਕ ਜ਼ੋਮੈਟੋ ਸਵੀਗੀ ਦੇ ਅਵੇਲੇਬਲ ਸਰ ਜ਼ੋਮੈਟੋ ਸਵੀਗੀ ਬਿਲਕੁਲ ਨਹੀਂ ਹੈ ਆਪਣੇ ਕੋਲ ਆਪਣਾ ਕਸਟਮਰ ਠੀਕ ਹੈ ਆਪਣਾ ਕਸਟਮਰ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ ਉਹ ਬਾਕੀ ਸਵੀਗੀ ਔਰ ਜ਼ੋਮੈਟੋ ਦੀ ਜ਼ਰੂਰਤ ਹੀ ਨਹੀਂ ਪੈਂਦੀ ਔਰ ਭਾਅ ਜੀ ਆਈਟਮਸ ਜਿਹੜੀਆਂ ਸਪੈਸ਼ਲ ਆਈਟਮਸ ਜਿਹੜੀਆਂ ਤੁਸੀਂ ਸਾਨੂੰ ਰੀਕਮੈਂਡ ਕਰੋਗੇ ਸਪੈਸ਼ਲ ਸਰ ਆਪਣਾ ਮਲਾਈ ਚਾਂਪ ਹੈ ਮਸਾਲਾ ਮੋਮੋਸ ਹੈ ਔਰ ਆਪਣੇ ਪਾਸ ਚੌਮਿਨ ਹੈ ਮੈਂ ਦੇਖਿਆ ਤੁਹਾਡੇ ਕੋਲ ਸੂਪ ਵੀ ਤੁਸੀਂ ਸਟਾਰਟ ਵੈਜ ਸੂਪ ਵੀ ਹੈ ਮਾਂਚੋ ਸੂਪ ਹੈ ਸਰ ਵੈਜ ਹੀ ਹੁੰਦਾ ਸਰ ਓਕੇ ਵੈਜ ਸੂਪ ਹੈ ਠੀਕ ਹੈ ਜੀ ਸੋ ਬਈ ਆਪਣਾ ਤਾਂ ਪਲੈਟਰ ਆ ਚੁੱਕਿਆ ਮੈਂ ਕਹਾਂਗਾ ਇੱਕ ਰੀਅਰਸ ਕੈਮਰਾ ਮੋਮੋਜ਼ ਵਾਲੇ ਪਾਸੇ ਲੈ ਗਿਆ ਇਹ ਦੇਖੋ ਜੀ ਰੰਗ ਬਿਰੰਗੀ ਪਲੇਟ ਮੈਨੂੰ ਪਤਾ ਤੁਹਾਡੇ ਮੂੰਹ 'ਚ ਪਾਣੀ ਆ ਰਿਹਾ ਵਾ ਇਹ ਹੈ ਜੀ ਦੇਖੋ ਯਾਰ ਪਹਿਲੀ ਗੱਲ ਤਾਂ ਜ਼ੋਮੈਟੋ ਸਵੀਗੀ ਤਾਂ ਭਾਈ ਅਵੇਲੇਬਲ ਹੈ ਨਹੀਂ ਹਾਂ ਇੱਥੇ ਆ ਕੇ ਖਾਣਾ ਪੈਣਾ ਤੁਸੀਂ ਟੇਸਟ ਲੈਣ ਤੁਹਾਨੂੰ ਉੱਥੇ ਖਾਣ ਲਈ ਆਉਣਾ ਹੀ ਪੈਣਾ ਵਾ ਭਾਜੀ ਪੁਦੀਨਾ ਮੋਮੋਜ਼ ਹੈ ਜਾਂ ਇਹ ਕਿਹੜੇ ਮੋਮੋਜ਼ ਹੈ ਗ੍ਰੀਨ ਵਾਲੇ ਲੈਮਨ ਮੋਮੋਜ਼ ਹੈ ਮਸਾਲਾ ਮੋਮੋਜ਼ ਹੈ ਅਤੇ ਅਚਾਰੀ ਮੋਮੋਜ਼ ਹੈ ਨਾਲ 3 ਚਟਨੀਆਂ ਨਾਲ ਗ੍ਰੀਨ ਚਟਨੀ ਹੈ ਮੋਮੋਜ਼ ਵਾਲੀ ਮਿਰਚ ਵਾਲੀ ਚਟਨੀ ਔਰ ਮਿਓਨੀਜ਼ ਸਭ ਤੋਂ ਪਹਿਲੇ ਅਤੇ ਪਾ ਲਓ ਜੀ ਅਸਲਾ ਮਸਲਾ ਅਸਲਾ ਮਸਲਾ ਭਾਜੀ ਇਹਦੀ ਫੋਟੋ ਲੈਣੀ ਜੀ ਬਣਦੀ ਹੈ ਬਿਲਕੁਲ ਇਹਦੀ ਫੋਟੋ ਲੈਣ ਲੱਗੇ ਹਾਂ ਇੰਸਟਾਗ੍ਰਾਮ ਤੇ ਅਪਲੋਡ ਕਰਨ ਦੇ ਲਈ ਜੇ ਤੁਸੀਂ ਸਾਨੂੰ ਇੰਸਟਾਗ੍ਰਾਮ ਫੇਸਬੁੱਕ ਤੇ ਫੋਲੋ ਨਹੀਂ ਕਰਦੇ ਜਲਦੀ ਜਲਦੀ ਫੋਲੋ ਕਰ ਲਓ ਹੈਂਡਲ ਆ ਜਾਣਗੇ ਤੁਹਾਨੂੰ ਨੀਚੇ ਇੰਸਟਾਗ੍ਰਾਮ ਫੇਸਬੁੱਕ ਤੇ ਤੇ ਬਈ ਉਹ ਬਾਈ ਫੋਟੋ ਤੇ ਅਲਟੀਮੇਟ ਆਈ ਹੈ ਹੁਣ ਟੇਸਟ ਦੇਖਦੇ ਹਾਂ ਕਰਕੇ ਵੈਸੇ ਸਾਡਾ ਇਹ ਐਸਾ ਪਲੇਸ ਨਹੀਂ ਜਿੱਥੇ ਅਸੀਂ ਰੈਗੂਲਰ ਆਉਂਦੇ ਹਾਂ ਇਸ ਕਰਕੇ ਟੇਸਟ ਸਾਨੂੰ ਪਤਾ ਹੀ ਹੈ ਚਲੋ ਭਾਜੀ ਪਹਿਲੇ ਤੁਸੀਂ ਟਰਾਈ ਕਰੋ ਮੈਂ ਤੇ ਪਹਿਲੇ ਭਰਾ ਚਾਰੀ ਕਰੂੰਗਾ ਮੈਨੂੰ ਚਾਰੀ ਬੜੇ ਟੇਸਟ ਲੱਗਦੇ ਨਾਲ ਨਾ ਲਵਾਂਗੇ ਆਪਾਂ ਪਟਾਕੇ ਵਾਲੀ ਚਟਨੀ ਦੇਖੋ ਮੋਮੋਸ ਦਾ ਮਜ਼ਾ ਨਾ ਮਿਓਨੀਜ਼ ਦੇ ਨਾਲ ਇੰਨਾ ਨਹੀਂ ਆਉਂਦਾ ਵੈਸੇ ਬਾਈ ਸੱਚੀ ਗੱਲ ਨਾ ਚਟਨੀ ਸਪਾਈਸੀ ਸਵਾਦ ਲੱਗਦੀ ਹੈ ਤੇ ਮੋਮੋ ਇੰਨੇ ਕਰੰਚੀ ਹੈ ਬਹੁਤ ਅਲਟੀਮੇਟ ਟੇਸਟ ਹੈ ਯਾਰ ਦੇਖੋ ਅਚਾਰੀ ਮੋਮੋਸ ਤੇ ਵੈਸੇ ਮੇਰੇ ਵੀ ਪਰਸਨਲ ਫੇਵਰੇਟ ਹੈ ਕਰਦੇ ਆ ਲੈਮਨ ਮੋਮੋਸ ਵੀ ਟਰਾਈ ਦੇਖਦੇ ਆ ਪਾਣੀ ਯਾਰ ਕੀ ਕਰਾਂ ਕੰਟਰੋਲ ਤੇ ਕਰਨਾ ਹੀ ਪੈਣਾ ਥੋੜੀ ਜੀ ਮਿਓਨੀਜ਼ ਵੈਸੇ ਮੋਮੋਸ ਦੇ ਨਾਲ ਮੈਂ ਤੁਹਾਨੂੰ ਕਿਹਾ ਇੰਨੀ ਅੱਛੀ ਨਹੀਂ ਲੱਗਦੀ ਬਟ ਸਟਿਲ ਔਰ ਰੈਡ ਚਟਨੀ ਜੋ ਮੋਮੋਸ ਵਾਲੀ ਮੇਨ ਚਟਨੀ ਹੁੰਦੀ ਹੈ
देखो मोमोज की इनर स्टफिंग पाएं बिल्कुल सेम है, पर बाहरों की जो टेस्ट है ना वो क्रंचीनेस बाहर है ना, और तीनों मोमोज ते यार हर एक जे अचार दा फ्लेवर एक मसाला कॉर्नर तनु है क्रंचीनेस ते टेस्ट नहीं दे नहीं मिलता नहीं मिल सकता बिल्कुल सही गल है। जेकर तुसी वे टेस्ट लेना चाहंदे हो जल्दी-जल्दी आ जाओ हेवन फूड कॉर्नर ते आके चेक करो ते कुदी अंदर मोमो ते एना उम्मीद रखी होगी ज़ोमैटो स्विगी ते आ जानगे भाई, इन्ना कोल इन्ना टाइम नहीं है ज़ोमैटो स्विगी ते आ सकन। पहली गल ते भाई को वीडियो ले टाइम ही नहीं, मुश्किल लागे भाई को टाइम ही नहीं सीगा ते तुसी सोच ही सकदे हो अंदाजा ला ही लो भाई ते किन्ना कम होऊगा। नहीं आज तानू कराने चाव दा टेस्ट। हेलो होर मित्रो की हाल है, ठीक हो सारे? चलो जी हुण भाई उन्होंने मोमोस ते टेस्ट कर ही ले है ते चांप मंगवाई है, मैं ते बहुत भुखा सवेर दा, मैं कोई डाइट नहीं ली, चांप आ गई है तुसी वेख सकदे हो मलाई चांप है, इन्नी वधिया कुक हुई है ते नाल प्याज है मिंट चटनी है ते मिर्च वाली चटनी है, टेस्ट करके देख दे हुण इहनू पिछे जिहड़ियां आवाज़ां क्या बात है, मलाई देख रहे हो किन्नी ज्यादा भाई, दुनिया ना खत्म है जाम तो बाद, ऐसी जाम कि नहीं मिलनी, जोमैटो स्विगी तो है नहीं, इतने आना पैना तुम वो सूप आया मेरा ये अमूल बटर अटली बटली डिलीशियस अमूल, हूँ ये अमूल मक्खन पावे आप भी सूप ना अमूल बटर जरूर मिलेगा। कर लिया देखो कि फिलिंग सब्जियां फुल वेजिटेबल सूप है, देख सकते हो तीन हॉट बड़ा है सूप मार के दिए मेरी भी पास आ लोगे एंड लैस सूप है, सूप की सब्जियां परफेक्ट कुक हुई हैं बिल्कुल, मैं अंदर जा रहे बहुत बढ़िया लगा सूप, गरम गरम पियो इतने आओ जोमैटो स्विगी दे तो भाई है नहीं खानी है नहीं मैं नहीं खानी मैं देनी भी नहीं हाँ मैं देनी भी नहीं नहीं देनी पैनी दे। यार देखो समान तो हो रहा ठंडा ठीक है ना तो भाई पर टेस्ट अल्टीमेट है अल्टीमेट पर पूरा पूरा भरया मुंह सर्दियां ਦੇ ਵਿੱਚ ਬਾੜਾਂ ਲੱਗੀ ਬਸ ਸੂਪ ਵੀ ਤੁਹਾਡੇ ਕੋਲ ਅਵੇਲੇਬਲ ਹੈ ਸਰਦੀਆਂ 'ਚ ਭਾਜੀ ਜਿਹੜੇ ਵੈਜੀਟੇਰੀਅਨਸ ਆ ਉਹਨਾਂ ਨੂੰ ਇਹੀ ਪ੍ਰੋਬਲਮ ਰਹਿੰਦੀ ਹੈ ਕਿ ਵਧੀਆ ਲੱਗਦਾ ਸੂਪ ਨਹੀਂ ਮਿਲਦਾ ਵਿਦਰੂ ਜੀ ਪਰ ਇਹ ਵੈਜ ਸੂਪ ਸੀਰੀਅਸਲੀ ਬਹੁਤ ਵਧੀਆ ਹੈ ਤੇ ਜਦ ਤੱਕ ਆਪਾਂ ਨੂੰ ਖਤਮ ਕਰ ਦਿੱਤਾ ਕਿ ਝਾਂਪੜ ਝੁੰਪੜ ਪਾਉਂਦੇ ਆ ਤਾਂ ਮੇਰੇ ਕੋਲ ਤੇ ਰੁਕਿਆ ਨਹੀਂ ਜਾਂਦਾ ਮੈਂ ਤੇ ਤੁਸੀਂ ਜਲਦੀ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਸ਼ੇਅਰ ਵੀ ਕਰ ਹੀ ਦਿੰਦੇ ਨਾ ਤੇ ਕੰਫੀਡੈਂਸ ਸਾਡਾ ਹੈ ਹੀ ਤੁਹਾਡੇ ਤੇ ਮੋਮੋਸ ਟ੍ਰਾਈ ਕਰਨ ਲਈ ਫਟਾਫਟ ਹੈ ਮਨਪੂਰ ਪੁਆਇੰਟ ਪਹੁੰਚੋ ਤੇ ਮਿਲਦੇ ਆ ਤੁਹਾਨੂੰ ਅਗਲੀ ਕਿਸੇ ਵਧੀਆ ਜੀ ਵੀਡੀਓ ਦੇ ਵਿੱਚ ਟਿਲ ਦੈਨ ਬਾਏ ਬਾਏ।